ਜਿਹੜੀਆਂ ਝੂਠਾਂ ਕੋਲ ਉਹ ਹਰਪਾਲ ਸਿੰਘ ਪਹੁੰਚ ਗਿਆ ਹੈਗਾ ਉੱਥੇ ਇਹਦੇ ਬਚਣ ਦੇ ਕੋਈ ਵੀ ਚਾਂਸਸ ਨਹੀਂ ਹੈਗੇ ਤੇਰੇ ਡੇਰੇ ਦੇ ਵਿੱਚ ਜਿੰਨਾ ਗੰਦ ਪਿਆ ਅਯਾਸ਼ੀ ਦੇ ਅੱਡੇ ਬਣਾਏ ਆ ਤੂੰ ਜਿੰਨਾ ਨਸ਼ਾ ਤੇਰੇ ਰੰਡੀਖਾਨੇ ਦੇ ਵਿੱਚ ਆ ਰੂਪਾ ਠੱਗ ਸਿਰੇ ਦਾ ਚਵਲ ਤੇ ਜੁੱਤੀਆਂ ਤੋਂ ਕੱਚਾ ਨੂੰ ਜਿੰਨੇ ਛਿੱਤਰ ਪੈਣ ਇਹਦੇ ਮੂੰਹ ਤੇ ਭਿਉ ਭਿਉ ਕੇ ਜੁੱਤੀਆਂ ਜਿੰਨੀਆਂ ਵੱਜਣ ਉਨੀਆਂ ਘਟ ਨੇ ਤੇ ਕੋਲ ਕੰਮ ਕਰਾਉਣ ਦੇ ਚੱਕਰ ਦੇ ਵਿੱਚ ਇਹਨੂੰ ਨਸ਼ੇ ਦੀਆਂ ਗੋਲੀਆਂ ਤੇ ਦਿੰਦੇ ਸੀ ਕੈਪਸੂਲਾਂ ਦੇ ਜਿਹੜੇ ਗੋਲੇ ਬਣੇ ਆ ਉਦੇ ਸਰੀਰ ਦੇ ਵਿੱਚੋਂ ਨਿਕਲਦੇ ਆ ਤੇ ਇਹਦੇ ਘਰਦਿਆਂ ਨੂੰ ਕਹਿੰਦੇ ਆ ਉਹਦੇ ਸਰੀਰ ਤੋਂ ਜੀ ਮੋਮੂ ਨਿਕਲੇ ਆ ਗੁਰਦੁਆਰੇ ਦੇ ਵਿੱਚ ਰਹਿ ਕੇ ਚੈਨੀ ਖੈਨੀਆ ਖਾਂਦੇ ਨੇ ਇਹਨਾਂ ਕੁੱਤਿਆਂ ਨੂੰ ਮਾੜੀ ਮੱਡੀ ਸ਼ਰਮ ਚਾਹੀਦੀ ਆ ਕਿ ਗੁਰੂ ਘਰ ਦੇ ਵਿੱਚ ਰਹਿ ਕੇ ਤੁਸੀਂ ਤਮਾਕੂ ਦਾ ਸੇਵਨ ਕਰਦੇ ਹੋ ਚੈਨੀ ਖੈਨੀ ਜਿਹੜੀ ਬੁੱਲਾਂ ਦੇ ਵਿੱਚੋਂ ਕੱਢ ਕੇ ਤੇ ਉਹ ਕਿਤੇ ਸੁੱਟਦੇ ਨਹੀਂ ਲਫਾਫਿਆਂ 'ਚ ਪਾ ਪਾ ਕੇ ਤੇ ਆਪਣੇ ਬੈਗਾਂ ਦੇ ਵਿੱਚ ਤਲਾਈਆਂ ਦੇ ਥੱਲੇ ਰੱਖਦੇ ਉਹ ਇਸ ਰੂਪੇ ਠੱਗ ਨੂੰ ਢਾ ਕੇ ਜੁੱਤੀਆਂ ਫੇਰੋ ਇਸ ਕੰਜਰ ਤੇ ਸਰਚ ਜਿ ਛੱਤਰ ਮਾਰੋ ਇਹਨੂੰ ਪੁੱਛੋ ਕੀ ਸਾਡੇ ਬੱਚੇ ਨੂੰ ਨਸ਼ੇ ਤੇ ਕਿਉਂ ਲਾਇਆ ਦੋਸਤੋ ਇੱਕ ਨੌਜਵਾਨ ਦੀ ਮੌਤ ਹੋ ਗਈ ਭਰੀ ਜਵਾਨੀ ਦੇ ਵਿੱਚ ਮੌਤ ਹੋ ਗਈ ਤੇ ਉਹਦਾ ਜ਼ਿੰਮੇਵਾਰ ਜਿਹੜਾ ਸਿੱਧਾ-ਸਿੱਧਾ ਸਰੂਪਾ ਠੱਗ ਸਰੂਪੇ ਠੱਗ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਤੇ ਬਹੁਤ ਹੀ ਬੁਰੇ ਤਰੀਕੇ ਨਾਲ ਨੌਜਵਾਨ ਦੀ ਮੌਤ ਹੁੰਦੀ ਆ ਜਿਹਦੇ ਵਿੱਚ ਬੜੇ ਵੱਡੇ ਤੱਥ ਸਾਹਮਣੇ ਆਏ ਆ ਮੈਂ ਗੱਲਬਾਤ ਕਰ ਰਿਹਾ ਹਰਪਾਲ ਸਿੰਘ ਦੀ ਹਰਪਾਲ ਸਿੰਘ ਜੋ ਕਿ ਗੁਰਦਾਸਪੁਰ ਨਾਲ ਸੰਬੰਧਿਤ ਹੀ ਪਰ ਉਹ ਚੰਡੀਗੜ੍ਹ ਦੇ ਵਿੱਚ ਇੱਕ ਸਾਧ ਜਿਹੜਾ ਸਰੂਪਾ ਠੱਗ ਸਾਧ ਆ ਉਹਦੇ ਡੇਰੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹਿੰਦਾ ਹੀ ਇਸ ਨੌਜਵਾਨ ਤੇ ਵੀਡੀਓ ਤਾਂ ਬਣਾਈ ਜਾ ਰਹੀ ਆ ਕਿਉਂਕਿ ਇਹ ਮੇਰਾ ਮਿੱਤਰ ਵੀ ਹੀਗਾ ਕਾਫੀ ਗੱਲਬਾਤ ਇਹਦੇ ਨਾਲ ਹੁੰਦੀ ਰਹਿੰਦੀ ਹਾਲਾਂਕਿ ਉਹ ਗੱਲਬਾਤ ਕਰ ਨਹੀਂ ਸਕਦਾ ਕਿਉਂਕਿ ਇਹ ਜਿਹੜਾ ਨੌਜਵਾਨ ਆ ਇਹ ਬਿਲਕੁਲ ਬੋਲਾ ਸੀਗਾ ਕੰਨਾਂ ਤੋਂ ਸੁਣ ਨਹੀਂ ਸਕਦਾ ਤੇ ਮੂੰਹ ਤੋਂ ਬੋਲ ਨਹੀਂ ਸਕਦਾ ਤੇ ਜਦੋਂ ਵੀ ਮੈਨੂੰ ਕਿਤੇ ਕਾਲ ਕਰਦਾ ਸੀ ਤੇ ਵੀਡੀਓ ਕਾਲ ਦੇ ਜਰੀਏ ਗੱਲਬਾਤ ਹੁੰਦੀ ਸੀ ਤੇ ਵੀਡੀਓ ਕਾਲ ਦੇ ਜਰੀਏ ਇਸ਼ਾਰੇ ਦੇ ਨਾਲ ਕੋਈ ਵੀ ਚੀਜ਼ ਸਮਝਾਉਂਦਾ ਰਹਿੰਦਾ ਸੀ ਤੇ ਜਦੋਂ ਪਰਸੋਂ ਦੀ ਮੌਤ ਹੁੰਦੀ ਆ ਤੇ ਉਹਦਾ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ तकरीबन ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਮਿਲਦਾ ਤੇ ਕਤਾਲੀ ਦੇ ਵਿੱਚ ਮੈਨੂੰ ਮਿਲਦਾ ਤੇ ਉਹਨੂੰ ਕੁਝ ਕੁ ਜਿਹੜੇ ਕੱਪੜੇ ਆ ਉਹ ਵੀ ਮੈਂ ਲੈ ਕੇ ਦਿੰਦਾ ਕਿਉਂਕਿ ਮੈਂ ਉਸ ਸਮੇਂ ਇੱਕ ਪਜਾਮਾ ਪਾਇਆ ਹੁੰਦਾ ਤੇ ਉਹ ਦੇਖ ਕੇ ਕਹਿੰਦਾ ਕਿ ਮੈਂ ਵੀ ਇਦਾਂ ਦਾ ਪਜਾਮਾ ਲੈਣਾ ਕਿੱਥੋਂ ਲਿਆ ਤੂੰ ਮੈਂ ਚੱਲ ਮੈਂ ਤੈਨੂੰ ਲਿਆ ਕੇ ਦਿੰਦਾ ਤੇ ਮੈਂ ਉਹਦੇ ਨਾਲ ਦਾ ਰਲਦਾ ਮਿਲਦਾ ਇੱਕ ਪਜਾਮਾ ਨੂੰ ਲੈ ਕੇ ਦਿੰਦਾ ਹੁਣ ਦੁੱਖ ਇਸ ਕਰਕੇ ਲੱਗਿਆ ਕਿ ਹਰਪਾਲ ਸਿੰਘ ਦੇ ਜਿਹੜੇ ਮਾਪਿਓ ਹੋ ਗਏ ਉਹਨਾਂ ਨੇ ਇਹ ਚੀਜ਼ ਸਮਝੀ ਕਿ ਆਪਾਂ ਆਪਣਾ ਪੁੱਤ ਜਿਹੜਾ ਉਹ ਸੰਤਾਂ ਮਹਾਪੁਰਖਾਂ ਕੋਲ ਭੇਜਿਆ ਤੇ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਪਰ ਡੇਰਿਆਂ ਦੇ ਵਿੱਚ ਇਹਦੀ ਪਰਵਰਿਸ਼ ਡੇਰੇ ਦੇ ਵਿੱਚ ਪਰਵਰਿਸ਼ ਚੰਗੀ ਤਰ੍ਹਾਂ ਹੋਊਗੀ ਮਹਾਪੁਰਖ ਜਿਹੜੀ ਇਹਨੂੰ ਧਾਰਮਿਕ ਸਿੱਖਲਾਈ ਦੇਣਗੇ ਕਿ ਇਹਦਾ ਆਪਣੇ ਬੱਚਿਆਂ ਵਾਂਗੂ ਖਿਆਲ ਰੱਖਣਗੇ ਮਾਪਿਓ ਨੇ ਤੇ ਇਹ ਚੀਜ਼ ਸਮਝੀ ਔਰ ਅੱਜ ਤੱਕ ਵੀ ਉਹਦੇ ਮਾਪਿਓ ਨੂੰ ਪਤਾ ਹੀ ਨਹੀਂ ਕਿ ਉਹਦਾ ਜਿਹੜਾ ਬੇਟਾ ਉਹਦੀ ਜਾਨ ਕਿਉਂ ਗਈ ਉਹਦੇ ਵਿੱਚ ਮੁੱਖ ਦੋਸ਼ੀ ਕੌਣ ਆ ਕੌਣ ਉਹਦਾ ਜ਼ਿੰਮੇਵਾਰ ਆ ਹਜੇ ਤੱਕ ਉਹਨੂੰ ਇਹ ਹੀ ਕਹੀ ਗਏ ਨੇ ਕਿ ਉਹ ਜਿਹੜਾ ਹਰਪਾਲ ਸਿੰਘ ਆ ਉਹ ਬਿਮਾਰ ਹੀਗਾ ਉਹਦੀਆਂ ਕਿਡਨੀਆਂ ਦੇ ਵਿੱਚ ਫਾਲਟ ਪੈ ਗਿਆ ਔਰ ਕਿਡਨੀਆਂ ਦੇ ਵਿੱਚ ਫਾਲਟ ਕਿਉਂ ਪਿਆ ਇਹ ਕਿਸੇ ਨੇ ਨਹੀਂ ਦੱਸਣਾ ਸਾਰਿਆਂ ਨੇ ਉਹਦੇ ਕੋਲੇ ਰੱਖਣੇ ਆ ਉਹਨਾਂ ਨੇ ਵੀ ساری ਜ਼ਿੰਦਗੀ ਇਹੋ ਹੀ ਸੋਚੀ ਜਾਣਾ ਕਿ ਖਰੇ ਸਰੂਪਾ ਠਗ ਕਿੱਡਾ ਵੱਡਾ ਮਾਹਪੁਰਖ ਆ ਮਾਪੁਰਖ ਨੇ ਹੈਗਾ ਸਰੂਪਾ ਠੱਗ ਸਿਰੇ ਦਾ ਚਵਲ ਤੇ ਜੁੱਤੀਆਂ ਤੋਂ ਕੱਚਾ ਸਾਦਾ ਜਿਹਨੂੰ ਜਿੰਨੇ ਛਿੱਤਰ ਪੈਣ ਇਹਦੇ ਮੂੰਹ ਤੇ ਭਿਉਂ ਭਿਉਂ ਕੇ ਜੁੱਤੀਆਂ ਜਿੰਨੀਆਂ ਵਜਣ ਉਨੀਆਂ ਘਟਨੇ ਐਨਾ ਤਗੜਾ ਪਾਪ ਕਮਾਇਆ ਇਸ ਬੰਦੇ ਨੇ ਕਿ ਉਹ ਭੋਲੇ ਭਾਲੇ ਮਾਪਿਓ ਜਿਹੜੇ ਫਾਈਨੈਂਸ਼ੀਅਲੀ ਇੰਨੇ ਜ਼ਿਆਦਾ ਸਟਰੋਂਗ ਨਹੀਂ ਕਿ ਉਹ ਆਪਣੇ ਬੱਚੇ ਨੂੰ ਪਾਲ ਸਕਣ ਹਾਲਾਂਕਿ ਉਹਨਾਂ ਦੀ ਵੀ ਬਹੁਤ ਵੱਡੀ ਗਲਤੀ ਹੈ ਜਿੱਥੇ ਬਾਕੀ ਬੱਚੇ ਪਾਲਦੇ ਹੀ ਉਥੇ ਕੋਈ ਅੱਧੀ ਰੋਟੀ ਭਾਵੇਂ ਇਹਨੂੰ ਦੇ ਦਿੰਦੇ ਤੇ ਇਹਦੀ ਪਰਮੇਸ਼ਰ ਚੰਗੀ ਹੋ ਜਾਂਦੀ ਔਰ ਮਾਪਿਓ ਇਹਦਾ ਇਹ ਇਹ ਇਹਦੇ ਤਰ੍ਹਾਂ ਦੀ ਕੋਈ ਧੀ ਦੇਖ ਕੇ ਤੇ ਇਹਦਾ ਆਨੰਦ ਕਾਰਜ ਕਰ ਦਿੰਦੇ ਇਹਦਾ ਵਿਆਹ ਕਰ ਦਿੰਦੇ ਪਰ ਜਿਹੜੀਆਂ ਝੂਠਾਂ ਕੋਲ ਉਹ ਹਰਪਾਲ ਸਿੰਘ ਪਹੁੰਚ ਗਿਆ ਹੈਗਾ ਉੱਥੇ ਇਹਦੇ ਬਚਣ ਦੇ ਕੋਈ ਵੀ ਚਾਂਸਸ ਨਹੀਂ ਹੈਗੇ ਹੁਣ ਕਰਦੇ ਕੀ ਰਹੇ ਹੀ ਗੁੰਗਾ ਬੋਲਾ ਹੈਗਾ ਉਹਨੂੰ ਪਤਾ ਹੈ ਨਹੀਂਗਾ ਕਿ ਕੀ ਹੋ ਰਿਹਾ ਉਹਦੇ ਨਾਲ ਕੀ ਨਹੀਂ ਜਿਹੜਾ ਇਹਦਾ ਡੇਰਾ ਸਰੂਪੇ ਦਾ ਰੰਡੀ ਖਾਨਾ ਜਿਹੜਾ ਇਹਨੇ ਬਣਾਇਆ ਸਰੂਪੇ ਨੇ ਠੱਗ ਸਰੂਪੇ ਨੇ ਇਹਨੂੰ ਮਰਚਾਂ ਬੜੀਆਂ ਲੱਗਦੀਆਂ ਕਿ ਮੇਰੇ ਡੇਰੇ ਨੂੰ ਰੰਡੀ ਖਾਨਾ ਕਹਿੰਦਾ ਉਹ ਤੇਰਾ ਡੇਰਾ ਨਹੀਂ ਉਹ ਤੇਰਾ ਰੰਡੀ ਖਾਨਾ ਹੀ ਹੈ ਤੇਰੇ ਡੇਰੇ ਦੇ ਵਿੱਚ ਜਿੰਨਾ ਗੰਦ ਪਿਆ ਅਯਾਸ਼ੀ ਦੇ ਅੱਡੇ ਬਣਾਏ ਆ ਤੂੰ ਜਿੰਨਾ ਨਸ਼ਾ ਤੇਰੇ ਰੰਡੀਖਾਨੇ ਦੇ ਵਿੱਚ ਆ ਐਨਾ ਕਿਸੇ ਕੋਠੇ ਦੇ ਵਿੱਚ ਨਹੀਂ ਹੁੰਦਾ ਤਾਂ ਕਰਕੇ ਤੇਰੇ ਡੇਰੇ ਨੂੰ ਹਮੇਸ਼ਾ ਰੰਡੀਖਾਨਾ ਹੀ ਕਹਿਣਾ ਤੂੰ ਜੋ ਕਰਨਾ ਹੀ ਹੈ ਤੇ ਜੋ ਪਟਣਾ ਹੀ ਤੂੰ ਪਟ ਲੈ ਹਰਪਾਲ ਸਿੰਘ ਦੀ ਜਿਹੜੀ ਜ਼ਿੰਦਗੀ ਖਰਾਬ ਕੀਤੀ ਇਹਦੇ ਵਿੱਚ ਇਹਦੇ ਕੋਲ ਕੰਮ ਕਰਾਉਣ ਦੇ ਚੱਕਰ ਦੇ ਵਿੱਚ ਇਹਨੂੰ ਨਸ਼ੇ ਦੀਆਂ ਗੋੜੀਆਂ ਦੇ ਦਿੰਦੇ ਸੀ ਨਸ਼ੇ ਦੀ ਗੋਲੀ ਖਾ ਕੇ ਤੇ ਇਹ ਕੰਮ ਬਹੁਤ ਜ਼ਿਆਦਾ ਕਰਦਾ ਸੀ ਹੁਣ ਉਹ ਭੋਲਾ ਭਾਲਾ ਪੰਛੀ ਉਹਨੂੰ ਪਤਾ ਹੀ ਨਹੀਂ ਕਿ ਇਹ ਜਿਹੜੀ ਨਸ਼ੇ ਦੀ ਗੋਲੀ ਆ ਇਹ ਮੇਰੇ ਸਰੀਰ ਦੇ ਵਿੱਚ ਕਿੰਨਾ ਅਸਰ ਕਰ ਰਹੀ ਆ ਤੇ ਨਸ਼ੇ ਦੀਆਂ ਗੋਲੀਆਂ ਦੇ ਕੇ ਉਹਦੇ ਕੋਲ ਸਾਰਾ ਦਿਨ ਕੰਮ ਕਰਾਉਣਾ ਆਪਣੀਆਂ ਗੱਡੀਆਂ ਧੋਣੀਆਂ ਫਿਰ ਆਪਣਾ ਇਹਦਾ ਇੱਕ ਜਿਹੜਾ ਨਿੱਜੀ ਸਕੂਲ ਆ ਉਹਦੇ ਵਿੱਚ ਵੀ ਉਹਦੇ ਕੋਲ ਕੰਮ ਰਹਿੰਦੇ ਨੇ ਕਨੈਕਟਰੀ ਦਾ ਗੋਲੀਆਂ ਦੀ ਡੋਜ਼ ਹੀ ਜਿਹੜੀ ਉਹ ਦਿਨ-ਬਦਨ ਵਾਧਦੀ ਗਈ ਵਾਧਦੀ ਗਈ ਵਾਧਦੀ ਗਈ ਐਨੀ ਵਧ ਗਈ ਕਿ ਹੁਣ ਉਹਦੀਆਂ ਜਿਹੜੀਆਂ ਕਿਡਨੀਆਂ ਹੀ ਉਹ ਬਿਲਕੁਲ ਫੇਲ ਹੋ ਚੁੱਕੀਆਂ ਸੀ ਉਹਦਾ ਡਾਇਲਿਸਿਸ ਚੱਲ ਰਿਹਾ ਸੀ ਤੇ ਜਦੋਂ ਇਹਦਾ ਪਿੱਛੇ ਆਪਰੇਸ਼ਨ ਹੁੰਦਾ ਔਰ ਉਹਦੇ ਵਿੱਚ ਕੈਪਸੂਲਾਂ ਦੇ ਜਿਹੜੇ ਗੋਲੇ ਬਣੇ ਆ ਉਦੇ ਸਰੀਰ ਦੇ ਵਿੱਚੋਂ ਨਿਕਲਦੇ ਆ ਤੇ ਇਹਦੇ ਘਰਦਿਆਂ ਨੂੰ ਕਹਿੰਦੇ ਆ ਉਹ ਉਹਦੇ ਸਰੀਰ ਤੋਂ ਜੀ ਮੋਮੋ ਨਿਕਲੇ ਆ ਇਹ ਮੋਮੋ ਕਿਤੇ ਜ਼ਿਆਦਾ ਖਾਂਦਾ ਰਿਆ ਤੇ ਬਿਮਾਰ ਹੋ ਗਿਆ ਮੋਮੋ ਇਹਦੇ ਸਰੀਰ ਦੇ ਵਿੱਚੋਂ ਨਿਕਲੇ ਆ ਤੇ ਘਰਦਿਆਂ ਨੂੰ ਬੜਾ ਵੱਡਾ ਜ਼ਿਆਦਾ ਗੁੰਮਰਾਹ ਕੀਤਾ ਗਿਆ ਤੇ ਖਾਂਦਾ ਉਹ ਕੈਪਸੂਲ ਰਿਆ ਔਰ ਇਹਨੂੰ ਕੈਪਸੂਲ ਲਾਉਣ ਵਾਲੇ ਕਿਹੜੇ ਨੇ ਸਰੂਪੇ ਠੱਗ ਦੇ ਨਾਲ ਦੇ ਹੀ ਬੰਦੇ ਜਿਹੜੇ ਚੈਨੀ ਖੈਨੀਆਂ ਤੱਕ ਖਾਂਦੇ ਨੇ ਗੁਰਦੁਆਰੇ ਦੇ ਵਿੱਚ ਰਹਿ ਕੇ ਚੈਨੀ ਖੈਨੀਆਂ ਖਾਂਦੇ ਨੇ ਇਹਨਾਂ ਕੁੱਤਿਆਂ ਨੂੰ ਮਾੜੀ ਮੱਡੀ ਸ਼ਰਮ ਚਾਹੀਦੀ ਹੈ ਕਿ ਗੁਰੂ ਘਰ ਦੇ ਵਿੱਚ ਰਹਿ ਕੇ ਤੁਸੀਂ ਤਮਾਕੂ ਦਾ ਸੇਵਨ ਕਰਦੇ ਹੋ ਸਾਡੇ ਗੁਰੂ ਸਾਹਿਬ ਦਾ ਘੋੜਾ ਨਹੀਂ ਤਮਾਕੂ ਦੇ ਖੇਤਾਂ ਦੇ ਵਿੱਚੋਂ ਲੰਘਿਆ ਤੇ ਇੰਨਾ ਝੂਠਾਂ ਚਵਲਾ ਨੇ ਗੁਰੂ ਘਰ ਨੂੰ ਹੀ ਤਮਾਕੂ ਦਾ ਡੱਬਣਾ ਹੜਿਆ ਇੱਕ ਜੇ ਮੇਰੀ ਇੱਕ ਵੀ ਗੱਲ ਦੇ ਵਿੱਚ ਕੋਈ ਝੂਠ ਨਿਕਲੇਗਾ ਨਾ ਤੇ ਮੈਂ ਉਹਦਾ ਦੇਣਦਾਰ ਹਾਂ ਮੇਰੇ ਕੋਲ ਕੱਲੀ-ਕੱਲੀ ਵੀਡੀਓ ਪਈ ਹੈ ਸਬੂਤ ਪਏ ਨੇ ਇਹਦੇ ਬੰਦਿਆ ਕੋਲ ਹੀ ਮੈਂ ਚੈਨੀ ਖੈਨੀ ਦੀਆਂ ਕੁੜੀਆਂ ਜਿਹੜੀਆਂ ਉਹ ਲਈਆਂ ਨੇ ਤੇ ਜਿਹੜੇ ਜਿਹੜਾ ਚੈਨੀ ਖੈਨੀ ਜਿਹੜੀ ਬੁੱਲਾਂ ਦੇ ਵਿੱਚੋਂ ਕੱਢ ਕੇ ਤੇ ਉਹ ਕਿਤੇ ਸੁੱਟਦੇ ਨਹੀਂ ਲਫਾਫਿਆਂ 'ਚ ਪਾ ਪਾ ਕੇ ਤੇ ਆਪਣੇ ਬੈਗਾਂ ਦੇ ਵਿੱਚ ਤਲਾਈਆਂ ਤਾਂ ਥੱਲੇ ਰੱਖਦੇ ਉੱਥੇ ਸਾਹਮਣੇ ਰੱਖਦੇ ਸੀ ਤੇ ਜਦੋਂ ਇਧਰ ਕਿਤੇ ਜਾਣਾ ਸੈਟ ਆਉਣਾ ਤੇ ਉਦੋਂ ਬਾਹਰ ਉਹਨੂੰ ਸੋਟਣਾ ਇਹ ਅਯਾਸ਼ੀ ਦਾ ਅੱਡਾ ਸਰੂਪਾ ਠੱਗ ਚਲਾ ਰਿਹਾ ਹੈਗਾ ਜਿਹਦੇ ਕਰਕੇ ਇੱਕ ਬਹੁਤ ਹੀ ਸੋਹਣੇ ਸਨਖੇ ਨੌਜਵਾਨ ਦੀ ਮੌਤ ਹੋ ਗਈ ਬਹੁਤ ਹੀ ਚੰਗੇ ਸੁਭਾਅ ਦਾ ਮੁੰਡਾ ਹੈਗਾ ਤੇ ਪਰਸਨਲੀ ਬਹੁਤ ਜ਼ਿਆਦਾ ਮੈਨੂੰ ਦੁੱਖ ਲੱਗਿਆ ਪਰਸੋਂ ਤੋਂ ਇੱਕ ਚੈਣੀ ਨਹੀਂ ਆਇਆ ਮਨ ਨੂੰ ਚਾਹੇ ਉਹ ਸੁਣਦਾ ਔਰ ਬੋਲਦਾ ਨਹੀਂਗਾ ਪਰ ਬڑے-ਬڑے ਵੱਡੇ ਕੰਮ ਹੀ ਜਿਹੜੇ ਉਹ ਬਿਨਾ ਸੋਣਨ ਤੋਂ ਹੀ ਕਰ ਜਾਂਦਾ ਹੁੰਦਾ ਹੈਗਾ ਮੇਰਾ ਮੇਰਾ ਘਰ ਔਰ ਇਹਦੇ ਰੰਡੀਖਾਨੇ ਦਾ ਫਾਸਲਾ ਕਾਫੀ ਵੱਡਾ ਪਰ ਫਿਰ ਵੀ ਉਹ ਜਦੋਂ ਕਿਤੇ ਉਹਦਾ ਮਨ ਕਰਦਾ ਕਿਤੇ ਦੁਖੀ ਹੁੰਦਾ ਸੀ ਤੋਂ ਮੇਰੇ ਘਰ ਤੱਕ ਪਹੁੰਚ ਜਾਂਦਾ ਹੁੰਦਾ ਸੀ ਚਾਹੇ ਆਟੋ ਦੇ ਜ਼ਰੀਏ ਜਾਂ ਕਿਸੇ ਵੀ ਜ਼ਰੀਏ ਮੇਰੀ ਬੇਨਤੀ ਹੈ ਹਰਪਾਲ ਸਿੰਘ ਦੇ ਮਾਪਿਓ ਨੂੰ ਤੇ ਉਹਦੇ ਪਿੰਡ ਵਾਲਿਆਂ ਨੂੰ ਕਿ ਆ ਤੁਹਾਡੇ ਜੁੜੇ ਤੁਹਾਡੇ ਅਗੇ ਹੱਥ ਆਪਣੇ ਬੱਚੇ ਦਾ ਇਨਸਾਫ ਲਾਓ ਜਿਹੜਾ ਸਰੂਪਾ ਠੱਗ ਉਹਨੂੰ ਪੁੱਛੋ ਕੀ ਸਾਡਾ ਬੱਚਾ ਨਸ਼ੇ ਕਰਦਾ ਰਿਹਾ ਹੈਗਾ ਜਾਂ ਨਹੀਂ ਕਰਦਾ ਰਿਹਾ ਉਹਦਾ ਨਸ਼ਿਆਂ ਤੇ ਲਾਉਣ ਦਾ ਜ਼ਿੰਮੇਵਾਰ ਕੌਣ ਆ ਮੈਂ ਕੱਲਾ ਕੱਲਾ ਬੰਦਾ ਵੀ ਜਾਣਦਾ ਜਿਹੜੇ ਜਿਹੜੇ ਬੰਦੇ ਆਪ ਵੀ ਅੱਜ ਉਹਦੇ ਰੰਡੀਖਾਨੇ ਦੇ ਵਿੱਚ ਨਸ਼ੇ ਕਰਦੇ ਆ ਤੇ ਜਿਹੜੇ ਉਹ ਨਸ਼ੇ ਇਹੋ ਜਿਹੇ ਬੱਚਿਆਂ ਨੂੰ ਦਿੰਦੇ ਵੀ ਨੇ ਅੱਜ ਵੀ ਉਹਦੇ ਡੇਰੇ ਦੇ ਵਿੱਚ ਚੈਨੀ ਖੈਨੀ ਜਿਹੜੀ ਆ ਉਹ ਖੁੱਲ ਕੇ ਵਰਤੀ ਜਾਂਦੀ ਆ ਜਿਹੜਾ ਵੀ ਕੋਈ ਜੇ ਕਿਸੇ ਜਥੇਬੰਦੀ ਵਾਲੇ ਦੇ ਵਿੱਚ ਮੜ ਜੀ ਹਿੰਮਤ ਹੋਏਗੀ ਹਿੰਮਤ ਹੈ ਨਹੀਂ ਅਜੇ ਤੱਕ ਮੈਂ ਦੇਖੀ ਨਹੀਂ ਕਿਸੇ ਚ ਵੀ ਕਿਸੇ ਸਤਕਾਰ ਕਮੇਟੀ ਵਾਲੇ ਚ ਨਹੀਂ ਵੇਖੀ ਜਿਹੜਾ ਸਰੂਪੇ ਠੱਗ ਦੇ ਸਾਹਮਣੇ ਹਿੱਕ ਚੌੜੀ ਕਰਕੇ ਬੋਲ ਸਕੇ ਤੇ ਜਾਂ ਇਹਨੇ ਜਿਹੜਾ ਗੰਦ ਪਾਇਆ ਡੇਰਿਆਂ ਦੇ ਵਿੱਚ ਜਾਂ ਉਹਦੇ ਖਿਲਾਫ ਕੋਈ ਬੋਲ ਸਕੇ ਫਿਰ ਵੀ ਜੇ ਕੋਈ ਬੋਲਣ ਵਾਲਾ ਹੋਏਗਾ ਕੱਲੇ-ਕੱਲੇ ਸਬੂਤ ਮੇਰੇ ਕੋਲ ਪਏ ਆ ਜੇ ਕਿਸੇ ਦੇ ਵਿੱਚ ਹਿੰਮਤ ਹੋਏਗੀ ਮੈਨੂੰ ਦੱਸ ਦਿਓ ਹਰਪਾਲ ਸਿੰਘ ਦੇ ਮਾਪਿਓ ਨੂੰ ਜੇ ਤੁਸੀਂ ਪਹਿਲਾਂ ਮਾੜੀ-ਮੁੱਡੀ ਅਕਲ ਨਹੀਂ ਕੀਤੀ ਤੇ ਅੱਜ ਥੋੜੀ-ਬਹੁਤੀ ਅਕਲ ਕਰਕੇ ਆਪਣੇ ਬੱਚੇ ਜਿਹੜਾ ਤੁਹਾਡੇ ਬੱਚੇ ਦੀ ਜਾਣ ਗਈ ਹੈ ਨਾ ਉਹਦਾ ਹੁਣ ਇਨਸਾਫ ਲੈ ਲਓ ਇਹ ਸਰੂਪੇ ਠੱਗ ਨੂੰ ਢਾ ਕੇ ਜੁੱਤੀਆਂ ਫੇਰੋ ਇਸ ਕੰਜਰ ਤੇ ਸਰਚ ਜਿ ਛੱਤਰ ਮਾਰੋ ਇਹਨੂੰ ਪੁੱਛੋ ਕਿ ਸਾਡੇ ਬੱਚੇ ਨੂੰ ਨਸ਼ੇ ਤੇ ਕਿਉਂ ਲਾਇਆ ਕਿੰਨੇ ਲਾਇਆ ਤੂੰ ਆਪਣੇ ਇੱਕ ਨਿਜੀ ਕੰਮਾਂ ਖਾਤਰ ਇੱਕ ਬੱਚੇ ਦੀ ਜਾਨ ਲੈ ਲਈ ਸੋ ਇਹ ਜਿਹੜਾ ਹਰਪਾਲ ਸਿੰਘ ਵਾਲਾ ਮੈਟਰ ਹੈ ਇਹ ਇੱਥੇ ਚਾਹੇ ਉਹਦਾ ਪਰਿਵਾਰ ਕੁਝ ਕਰੇ ਚਾਹੇ ਨਾ ਕਰੇ ਅਹੀਂ ਇਹਨੂੰ ਇੱਥੇ ਨਹੀਂ ਦੱਬਣਾ ਤੇਰੀਆਂ ਮੈਂ ਚੀਕਾਂ ਕਢਾਉਂਗਾ ਇਹਨੂੰ ਕਚਹਿਰੀਆਂ ਤੱਕ ਘਸੀਟੂਂਗਾ ਇਹਨੂੰ ਥਾਣਿਆਂ ਦੇ ਵਿੱਚ ਘਸੀਟੂਂਗਾ ਇਹਨੂੰ ਮੈਂ ਪੁੱਛਾਂਗਾ ਕਿ ਤੂੰ ਪੁੱਤਿਆ ਸਰੂਪਿਆ ਠਰਕੀ ਸਾਦਾ ਤੂੰ ਕੌਣ ਹੋ ਨਾ ਕਿਸੇ ਬੱਚੇ ਦੀ ਜਾਨ ਲੈਣ ਵਾਲਾ ਸਿਰਫ ਆਪਣੇ ਕੰਮਾਂ ਖਾਤਰ ਸਿਰਫ ਆਪਣੇ ਕੰਮਾਂ ਕਰਕੇ ਆਪਣੇ ਘਰ ਦੇ ਜਿਹੜੇ ਤੇਰੇ ਕੰਮ ਨੇ ਤੇਰੇ ਰੰਡੀਖਾਨੇ ਦੇ ਕੰਮ ਆ ਉਹ ਕੈਪਸੂਲ ਖਵਾ ਖਵਾ ਕੇ ਉਹਨੂੰ ਕਰਾਉਂਦਾ ਰਿਆ ਹਰਪਾਲ ਸਿੰਘ ਦੇ ਪਰਿਵਾਰ ਨੂੰ ਬੇਨਤੀ ਆ ਕਿ ਸਰੂਪੇ ਠੱਗ ਨੂੰ ਫੜ ਕੇ ਜੁੰਡਿਓ ਤੇ ਇਹਨੂੰ ਪੁੱਛੋ ਕਿ ਸਾਡੇ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਕੌਣ ਆ ਸੋ ਆਮ ਸੰਗਤ ਨੂੰ ਵੀ ਮੇਰੀ ਬੇਨਤੀ ਆ ਕਿ ਆਪਣੇ ਜਿਹੜੇ ਬੱਚੇ ਤੁਹਾਡੇ ਜਿਹੜੇ ਰੀਜਾਂ ਨਾਲ ਤੁਸੀਂ ਗੁਰੂ ਸਾਹਿਬ ਬਗੇ ਅਰਦਾਸਾਂ ਕਰ ਕਰਕੇ ਕਈਆਂ ਨੇ ਲਏ ਆ ਉਹਨਾਂ ਨੂੰ ਇਹੋ ਜੇ ਰੰਡੀਖਾਨਿਆਂ ਦੇ ਵਿੱਚ ਇਹੋ ਜੇ ਸਰੂਪੇ ਵਰਗੇ ਠੱਗਾਂ ਦੇ ਡੇਰਿਆਂ ਦੇ ਵਿੱਚ ਬਿਲਕੁਲ ਨਾ ਭੇਜੋ ਤੁਹਾਡੇ ਬੱਚੇ ਦੇ ਵੀ ਕਿਸੇ ਦਿਨ ਇਦਾਂ ਹੀ ਖਬਰ ਆ ਜਾਣੀ ਹੈ ਕਿ ਉਹ ਮਰ ਗਿਆ ਜੀ ਰਾਤੀ ਸੁੱਤਾ ਦੀ ਸੌਂ ਗਿਆ ਉਹਨੇ ਠੰਡ ਲੱਗੀ ਜੀ ਇਹ ਕੁਝ ਹੋ ਗਿਆ ਪਰ ਗੱਲਾਂ ਹੋਰ ਵਾਪਰਨੀਆਂ ਨੇ ਸਮਾਇਕ ਤੱਕ ਦੇ ਟੀਗੇ ਜਿਹੜੇ ਨੇ ਇਹਨਾਂ ਰੰਡੀਖਾਨਿਆਂ ਦੇ ਵਿੱਚ ਲੱਗਦੇ ਨੇ ਬੱਚਿਆਂ ਨੂੰ ਤੇ ਸਿਰਫ ਆਪਣੇ ਕੰਮ ਕਰਾਉਣ ਲਈ ਆਪਣੇ ਕੰਮ ਘਟਾਉਣ ਦੇ ਲਈ ਤੇ ਆਪਣੇ ਜਿਹੜੇ ਇਹਨਾਂ ਦੀਆਂ ਸ਼ੈਤਾਨੀ ਦਿਮਾਗ ਜਿਹੜੇ ਚੱਲਦੇ ਆ ਉਹਨਾਂ ਨੂੰ ਸਿਰੇ ਚਾੜਨ ਵਾਸਤੇ ਇਹਨਾਂ ਬੱਚਿਆਂ ਦੀਆਂ ਜਿਹੜੀਆਂ ਉਹ ਬਲੀਆਂ ਪਹਿਲਾਂ ਵੀ ਦਿੱਤੀਆਂ ਜਾਂਦੀਆਂ ਸੀ ਤੇ ਅੱਗੇ ਵੀ ਦਿੱਤੀਆਂ ਜਾਂਦੀਆਂ ਰਹਿਣਗੀਆਂ ਜੇ ਸਾਨੂੰ ਅਕਲ ਨਾ ਆਈ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸ਼ਾਇਦ ਕਿਤੇ ਹਰਪਾਲ ਸਿੰਘ ਨੂੰ ਇਨਸਾਫ ਮਿਲ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ